ਆਲੂ ਵੰਡੇ ਗੋਭੀ ਗਾਜਰਾਂ ਸਟੂਡੀਓ ਹਰਮਨ ਖੁਸ਼ ਹੈ। ਓ ਵਾਓ ਯਾਰ ਨਾਈਸ। ਮਿਹਨਤ ਕਰਨ ਤੋਂ ਬਾਅਦ ਰੋਟੀਆਂ ਮਿਲਦੀਆਂ ਐਵੇਂ ਦੀਆਂ, ਰੱਬੇ ਤੈਨੂੰ ਤਾਂ ਉਵੇਂ ਮਿਲ ਜਾਂਦੀਆਂ। ਹਾਂਜੀ ਗਾਇਸ, ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹੋ ਸਾਰੇ ਠੀਕ ਹੋਵੋਗੇ। ਸੋ ਗੱਲ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗੱਲ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਗੱਲ ਜਿੱਦਾਂ ਕਿ ਉਹਨਾਂ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗੱਲ ਆਓ ਤੁਹਾਨੂੰ ਦਿਖਾਉਂਦੇ ਸਟੋਰੀ ਗਾਇਸ, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਆਲੂ ਵੰਡੇ ਗੋਭੀ ਗਾਜਰਾਂ, ਐਡਾ ਆਲੂ ਹੈ ਨਾ, ਬੱਤਕ ਜੀ ਬਣੀ ਬਈ ਇਹਦੀ। ਆਲੂ ਖਾਈਏ ਨੀ ਰੋਟੀ ਦੇਖਦਾ ਆ ਬਿਮਾਰੀ ਮੋਟੇ ਵਾਲੀ ਤੈਨੂੰ ਵੀ ਹੈ ਨਾਲ ਹੈ। ਆ ਗਈ ਸਰਦਾਰਾਂ ਦੀ ਰੋਟੀ, ਮਿਹਨਤ ਕਰਨ ਤੋਂ ਬਾਅਦ ਰੋਟੀਆਂ ਮਿਲਦੀਆਂ ਐਵੇਂ ਦੀਆਂ, ਰੱਬੇ ਤੈਨੂੰ ਤਾਂ ਉਵੇਂ ਮਿਲੀ। ਦੱਸੀ ਮੰਮੀ ਇਹ ਰੋਂਦਾ ਬਾਈ ਜੀ ਨਾ ਥੱਲੇ ਇੱਟਾਂ ਨੂੰ ਬਹੁਤ ਆ ਕੀ ਕਰਦੇ ਬਾਈ। ਓਏ ਮਾੜਾ ਪਿੱਛੇ ਰੱਖ, ਪਿੱਛੇ ਰੱਖ। ਗੱਲ ਆ ਤੁਹਾਡੇ ਤਿੰਨਾਂ ਕਾਲਿਆਂ 'ਚ ਮੈਂ ਹੀ ਗੋਰਾ ਜਾਣਾ, ਤੁਹਾਡਾ ਤਾਂ ਵੀੜਾ ਹੀ ਗਰਕ ਤਿੰਨਾਂ ਹੁੰਦਾ ਬਾਈ ਜੀ। ਤੁਹਾਡੇ ਤੋਂ ਟੱਕਰ ਨਹੀਂ ਲੱਗਦਾ ਵਾ, ਤੁਸੀਂ ਹੋਰ ਕੀ ਕਰਨਾ ਆ, ਤੁਸੀਂ ਵੱਡੇ ਕਿਸਾਨ ਪਿੱਛੇ ਵੇਲ ਲਿਖਾਇਆ ਵੀ ਲਾਈ ਕਿਸਾਨ ਅਤੇ ਕਿਸਾਨ ਤੇਰੇ ਕਿ ਮਾਨਾ ਟੱਕਰ ਨਹੀਂ ਲੱਗਣਾ ਤਾਂ ਟੈਂਕੀ ਨੇ ਹੁੰਦਾ ਜੱਦੀ ਵਿਆਹ ਆਇਆ ਆ ਬਾਈ ਜੀ। ਤੁਸੀਂ ਹੋ ਮਾੜਾ ਆਪ ਮੂਰੇ ਬਾਈ ਜੀ, ਤੁਸੀਂ ਸਲਾਹ ਇਹ ਗਲਤ ਲਾ ਰਿਹਾ। ਮਾਮੇ ਦਾ ਭਾਂਜਾ ਕਿਵੇਂ ਬੋਲਿਆ, ਹੋਰ ਗੱਲ ਹੀ ਨਹੀਂ। ਗੰਦੇ ਬੱਚੇ ਪ੍ਰਵੀਨ ਲਾਓ ਦੰਦਾਂ ਨਾਲ, ਪ੍ਰਵੀਨ ਤਾਂ ਮੈਨੂੰ ਲੱਗਦਾ ਕਿ ਨਹੀਂ ਕਿੱਡੇ ਸੋਹਣੇ। ਤਿੰਨਾਂ ਦਿਨਾਂ 'ਚ 1.5 ਕਿਲੋ ਵਜਨ ਘੱਟ ਗਿਆ ਬਾਈ ਜੀ ਹੋਣਾ ਦਾ। ਬਾਈ ਜੀ ਹੁਣ ਅੱਜ ਆਪ ਤੇਲ ਪਾਉਣ ਲੱਗਣ, ਮੱਕੀ ਬੀਜਣ, ਸ਼ਾਮ ਪੈ ਜਾਣੀ, ਮੁੜ ਕੇ ਆਣ ਕੇ ਫਿਰ ਮੱਝਾਂ ਲੱਗ ਜਾਣਾ। ਬਾਈ ਜੀ ਹੋਣਾਂ ਨੂੰ ਮੌਤ ਪੈ ਜਾਣੀ ਸ਼ਾਮ ਤਾਈਂ। ਵਿਰਲੇ ਵੀ ਆ ਤੇਰੇ ਮਾਲਕ। ਓਏ ਆ ਵੀਰੇ ਆ ਡੋਲਦਾ ਡੋਲਦਾ। ਚੱਲ ਚੱਲ ਪ੍ਰਵੀਨ ਅੱਜ ਲੱਗ ਜਾ ਭਲਾ, ਚੱਲ ਜੋਤੀ ਦੰਦ ਕੱਢੀ, ਚੱਲ ਚੱਲ 1 2 3 ਆ ਜਾ ਛੋਰਾ ਕੁਲਚੇ ਖਾਈ, ਆ ਜਾ ਕੁਲਚੇ ਵਰਗਾ ਹੈਗਾ ਤੂੰ, ਕੁਲਚੇ ਨੀ ਖਾਂਦਾ। ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।